ਸਤਿ ਸ਼੍ਰੀ ਅਕਾਲ ਦੋਸਤ, ਮੈਂ ਨਾ ਕਰਨ। ਸੋ ਅੱਜ ਦਾ ਟੋਪਿਕ ਬਹੁਤ ਲੋਕਾਂ ਦੇ ਕਮੈਂਟ ਦੇ ਤੌਰ 'ਤੇ ਆ, ਕਿਉਂਕਿ ਲੋਕਾਂ ਨੇ ਕਮੈਂਟ ਕੀਤਾ ਭਾਅ ਜੀ ਇੰਡੀਆ ਦਾ ਲਾਇਸੈਂਸ ਆ ਜਾਂ ਟਰੱਕ ਡਰਾਈਵਿੰਗ ਦਾ ਲਾਇਸੈਂਸ, ਜਿਹੜਾ ਟਰੱਕਾਂ ਦੇ ਲਾਇਸੈਂਸ ਹੁੰਦੇ ਆ, ਉਹ ਇਟਲੀ 'ਚ ਚੱਲ ਜਾਂਦੇ ਨੇ। ਇੰਡੀਆ ਦਾ ਛੱਡੋ ਤੁਸੀਂ, ਡੁਬਈ ਜਿਹੜੇ ਕੁਤਰ ਕੁਤਰ 'ਚ ਰਹਿ ਰਹੇ ਨੇ ਆਪਣੇ ਬਹੁਤ ਲੋਕ, ਉਹਨਾਂ ਨੇ ਵੀ ਕਮੈਂਟ ਕੀਤਾ ਕਿ ਆਪਾਂ ਇਟਲੀ ਆ ਕੇ ਉਸ ਲਾਇਸੈਂਸ ਨਾਲ ਡਰਾਈਵਿੰਗ ਕਰ ਸਕਦੇ ਹਾਂ, ਡਰਾਈਵਿੰਗ ਕੰਮ ਕਰ ਸਕਦੇ ਹਾਂ। ਸੋ ਇਸੇ 'ਤੇ ਹੀ ਤੁਹਾਨੂੰ ਅੱਜ ਮੈਂ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਤੁਹਾਨੂੰ ਸਮਝ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਅਤੇ ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ 'ਚ ਮੇਰੀ ਇੰਸਟਾਗ੍ਰਾਮ ਵੀ ਹੈਗੀ ਅਤੇ ਇੱਕ ਨਿਊ ਚੈਨਲ ਹੈਗਾ ਕਰਨ ਲਾਈਵ, ਉਹ 'ਤੇ ਆਪਾਂ ਲਾਈਵ ਆ ਕੇ ਡਾਇਰੈਕਟ ਗੱਲਾਂ ਵੀ ਕਰ ਸਕਦੇ ਹਾਂ। ਸੋ ਅੱਜ ਦਾ ਇਹੀ ਟੋਪਿਕ ਹੈ ਕਿ ਇੰਡੀਆ ਦਾ ਲਾਇਸੈਂਸ ਉਹ ਇਟਲੀ ਵਿੱਚ ਚਲਾ ਸਕਦੇ ਹੋ, ਯਾਨੀ ਜੇ ਕਿਸੇ ਵੀ ਯੂਰਪ ਨੂੰ ਛੱਡ ਕੇ ਹੋਰ ਕੋਈ ਕੰਟਰੀ ਦਾ ਜਿਹੜਾ ਤੁਸੀਂ ਲਾਇਸੈਂਸ ਇਟਲੀ ਵਿੱਚ ਚਲਾ ਸਕਦੇ ਹੋ ਜਾਂ ਨਹੀਂ ਚਲਾ ਸਕਦੇ। ਦੇਖੋ, ਜੇ ਟਰੱਕ ਦੀ ਗੱਲ ਕਰਾਂਗਾ, ਟਰੱਕ ਲਾਇਸੈਂਸ ਦੀ, ਉਹ ਇਟਲੀ ਵਿੱਚ ਤਾਂ ਨੋਰਮਲੀ ਤੁਸੀਂ ਨਹੀਂ ਚਲਾ ਸਕਦੇ ਕਿਸੇ ਵੀ ਕੰਟਰੀ 'ਚ, ਕਿਉਂਕਿ ਬਹੁਤ ਹੀ ਔਖਾ ਆ। ਜੇ ਤੁਸੀਂ ਮਤਲਬ ਇਟਲੀ ਵਿੱਚ ਵੀ ਰਹਿੰਦੇ ਹੋ, ਜਿੱਥੇ ਦੇ ਜੰਪਲ ਜਿੱਦਾਂ ਇਟਾਲੀਅਨ ਲਾ ਲਓ, ਉਹਨਾਂ ਨੂੰ ਵੀ ਕਰਨਾ ਬਹੁਤ ਔਖਾ ਲੱਗਦਾ, ਕਿਉਂਕਿ ਬਹੁਤ ਡਿਫੀਕਲਟ ਆ, ਬਹੁਤ ਲੋਕ ਫੇਲ ਹੋ ਜਾਂਦੇ ਆ। ਤੋ ਜੋ ਜਿਹੜਾ ਨੋਰਮਲ ਲਾਇਸੈਂਸ ਆ, ਗੱਡੀ ਵਾਲਾ ਕਾਰ ਲਾਇਸੈਂਸ ਆ, ਉਹ ਤੁਸੀਂ ਇੰਡੀਆ ਵਾਲਾ ਨਹੀਂ ਚਲਾ ਸਕਦੇ, ਪਰ ਇੰਡੀਆ ਵਾਲੇ ਨੂੰ ਕਨਵਰਟ ਕਰਕੇ ਇੰਟਰਨੈਸ਼ਨਲ ਜਿਹੜਾ ਹੁੰਦਾ ਲਾਇਸੈਂਸ, ਉਹ ਨੈਟ ਰਾਹੀਂ ਤੁਸੀਂ ਕਨਵਰਟ ਕਰਾ ਸਕਦੇ ਹੋ, ਇੱਕ ਸਾਲ ਹੀ ਇਟਲੀ ਵਿੱਚ ਚਲਾ ਸਕਦੇ ਹੋ। ਉਹ ਕਨਵਰਟ ਕਿੱਦਾਂ ਕਰਦੇ ਹੋ, ਗੂਗਲ 'ਤੇ ਤੁਸੀਂ ਲਿਖੋ ਹਾਂ ਇੰਟਰਨੈਸ਼ਨਲ ਲਾਇਸੈਂਸ, ਅਤੇ ਉਹਦੇ ਉੱਪਰ ਰਜਿਸਟਰ ਕਰਨਾ ਹੁੰਦਾ ਅਤੇ ਤੁਹਾਡੇ ਘਰ ਆ ਜਾਂਦਾ, ਅਤੇ ਉਹਦੇ ਵਿੱਚ ਇਟਲੀ ਵੀ ਹੈਗਾ, ਤੁਸੀਂ ਇਟਲੀ ਵਿੱਚ ਇੱਕ ਸਾਲ ਚਲਾ ਸਕਦੇ ਹੋ। ਪਰ ਇਟਲੀ ਵਿੱਚ ਤੁਸੀਂ ਤਾਂ ਹੀ ਚਲਾ ਸਕਦੇ ਹੋ ਜਦੋਂ ਤੁਸੀਂ ਇਟਲੀ ਵਿੱਚ ਆਉਂਦੇ ਹੋ, ਅਤੇ ਜਦੋਂ ਤੁਸੀਂ ਕੋਈ ਘਰ ਵਿੱਚ, ਜਿਹੜੇ ਘਰ ਵਿੱਚ ਰਹਿੰਦੇ ਹੋ, ਤੁਸੀਂ ਉਸ ਦੀ ਆਈਡੈਂਟੀ ਬਣਾਉਂਦੇ ਹੋ ਆਪਣੇ ਨਾਮ ਉੱਤੇ, ਉਸ ਤੋਂ ਸ਼ੁਰੂ ਲੈ ਕੇ ਇੱਕ ਸਾਲ ਤੱਕ ਉਹ ਗਿਣਿਆ ਜਾਂਦਾ ਹੈ, ਅਤੇ ਉਸ ਸਾਲ ਤੱਕ ਪੂਰਾ ਤੁਸੀਂ ਉਹ ਲਾਇਸੈਂਸ ਚਲਾ ਸਕਦੇ ਹੋ। ਜੇ ਉਸ ਲਾਇਸੈਂਸ ਨੂੰ ਤੁਸੀਂ ਦੁਬਾਰਾ ਯੂਜ਼ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੇ ਘਰ ਦੀ ਆਈਡੈਂਟੀ ਚੇਂਜ ਕਰਨੀ ਪਏਗੀ ਜਾਂ ਰੀਨਿਊ ਕਰਾਉਣੀ ਪਏਗੀ, ਕਿਉਂਕਿ ਜਿਹੜੀ ਪੁਲਿਸ ਹੁੰਦੀ ਆ, ਉਹ ਉਸ ਟਾਈਮਿੰਗ ਨਾਲ ਚੈੱਕ ਕਰਦੀ ਆ ਕਿ ਬੰਦਾ ਇਟਲੀ ਵਿੱਚ ਕਦੋਂ ਦਾ ਆ, ਅਤੇ ਉਸ ਹਿਸਾਬ ਨਾਲ ਤੁਹਾਨੂੰ ਇੱਕ ਸਾਲ ਪੂਰਾ ਗਿਣਾਉਂਦੀ ਆ। ਉਹਨਾਂ ਟਾਈਮ ਤੁਹਾਡੇ ਕੋਲ ਹੁੰਦਾ, ਤੁਸੀਂ ਇਟਲੀ ਦਾ ਲਾਇਸੈਂਸ ਮੈਂ ਇਟਾਲੀਅਨ ਸਿੱਖ ਕੇ ਇੱਥੇ ਸਕੂਲ ਵਿੱਚ ਪੜ੍ਹ ਕੇ ਅਤੇ ਲਾਇਸੈਂਸ ਕਰ ਸਕਦੇ ਹੋ। ਪਰ ਇਸ ਟਾਈਮ ਬਹੁਤ ਆਪਸ਼ਨ ਹੈਗੇ, ਕਿਉਂਕਿ ਇੱਥੇ ਬਹੁਤ ਇੰਡੀਅਨ ਨੇ, ਪਾਕਿਸਤਾਨੀ ਹੈਗੇ ਨੇ, ਜੋ ਕਿ ਤੁਹਾਨੂੰ ਪੰਜਾਬੀ ਵਿੱਚ ਸਿਖਾਉਂਦੇ ਨੇ, ਹਿੰਦੀ ਵਿੱਚ ਸਿਖਾਉਂਦੇ ਨੇ ਲਾਇਸੈਂਸ ਨੂੰ, ਅਤੇ ਤੁਸੀਂ ਉਸ ਨੂੰ ਜਲਦੀ ਸਮਝ ਲਓਗੇ ਇਟਾਲੀਅਨ ਦੇ ਲਾਇਸੈਂਸ ਨੂੰ, ਅਤੇ ਤੁਸੀਂ ਕਰ ਪਾਓਗੇ। ਜਾਂ ਫਿਰ ਹੋਰ ਵੀ ਬਹੁਤ ਲੋਕ ਨੇ ਜੋ ਕਿ ਪੈਸੇ ਲਿਆ ਕੇ ਤੁਹਾਨੂੰ ਚੀਟਿੰਗ ਕਰਾਉਂਦੇ ਨੇ, ਜਿੱਦਾਂ ਕਿ ਕੈਮਰਾ ਲਵਾਤਾ ਜਾਂ ਕੁਛ ਹੋਰ, ਕੋਈ ਉਹਨਾਂ ਕੋਲ ਤਰੀਕਾ, ਬਹੁਤ ਜ਼ਿਆਦਾ ਤਰੀਕਾ ਹੁੰਦਾ ਹੈ, ਉਹ ਕਰਾ ਕੇ ਉਹ ਤੁਹਾਨੂੰ ਲਾਇਸੈਂਸ ਕਰਾ ਦਿੰਦੇ ਨੇ, ਥੋੜ੍ਹੇ ਜ਼ਿਆਦਾ ਪੈਸੇ ਲੈ ਲੈਂਦੇ ਨੇ। ਪਰ ਉਹ ਇੱਕ ਵੀ ਹੈ, ਪਰ ਥੋੜ੍ਹਾ ਰਿਸਕ ਹੁੰਦਾ, ਜੇ ਬੰਦਾ ਫੜ ਜਾਏ ਤਾਂ ਪੇਪਰ ਵੀ ਜਾਂਦੇ ਆ, ਪਰ ਬਹੁਤ ਲੋਕ ਉਸ ਤਰ੍ਹਾਂ ਵੀ ਕਰਦੇ ਨੇ, ਜੇ ਤੁਸੀਂ ਕਰਨਾ ਚਾਹੁੰਦੇ ਤਾਂ ਕਰ ਸਕਦੇ ਹੋ। ਅਤੇ ਬਾਕੀ ਗੱਲਾਂ, ਜੇ ਤੁਸੀਂ ਇਟਲੀ ਵਿੱਚ ਆ ਗਏ, ਤੁਹਾਨੂੰ ਬਹੁਤ ਸਮਝ ਲੱਗ ਜਾਏਗੀ। ਮੇਨ ਇਹ ਕਿ ਇੰਡੀਆ ਵਾਲਾ ਲਾਇਸੈਂਸ ਤਾਂ ਤੁਸੀਂ ਨਹੀਂ ਚਲਾ ਸਕਦੇ, ਜਾਂ ਕਤਰ ਕੁਵੈਤ ਵਾਲਾ ਵੀ ਲਾਇਸੈਂਸ ਤੁਸੀਂ ਇਟਲੀ ਵਿੱਚ ਨਹੀਂ ਚਲਾ ਸਕਦੇ, ਉਸ ਨੂੰ ਕਨਵਰਟ ਕਰ ਸਕਦੇ ਹੋ ਇੰਟਰਨੈਸ਼ਨਲ ਲਾਇਸੈਂਸ ਨਾਲ। ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਉੱਥੇ ਵੀਡੀਓ ਬਣਾਵਾਂ, ਅਤੇ ਕਮੈਂਟ ਕਰ ਦਿਓ ਕਿ ਆਪਾਂ ਕੋਸ਼ਿਸ਼ ਕਰਾਂਗੇ ਉੱਥੇ ਵੀ ਵੀਡੀਓ ਬਣਾ, ਕਿਸ ਤਰ੍ਹਾਂ ਤੁਸੀਂ ਕਨਵਰਟ ਕਰ ਸਕਦੇ ਹੋ, ਮੈਂ ਕਿਸ ਤਰ੍ਹਾਂ ਤੁਸੀਂ ਇੰਟਰਨੈਸ਼ਨਲ ਲਾਇਸੈਂਸ ਬਣਾ ਸਕਦੇ ਹੋ। ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰੋ। ਜੇ ਤੁਸੀਂ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਕਰਨ ਲਾਈਵ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਕੱਲ੍ਹ ਵੀ ਆਪਾਂ ਉੱਥੇ ਜਦੋਂ ਇੰਡੀਆ ਦਾ ਮੈਚ ਹੋਣਾ ਹੈ, ਅਤੇ ਆਪਾਂ ਉਹ ਵੀ ਉੱਥੇ ਕਰਾਂਗੇ। ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ। ਟਾਟਾ।